ਆਈਦਾ ਮੇਰੀ ਮਾਤਾ 85 ਸਾਲ ਦੀ ਹੈ ਇੱਕ ਦੂਰੀ ਮੈਂ ਲੈ ਕੇ ਆਇਆ ਉਹ ਅੰਨੀ ਸੀਰੀਅਸ ਹੈ ਤੇ ਇਹਨਾਂ ਨੇ ਆ ਕਿ ਨਹੀਂ ਨਹੀਂ ਇਹ ਆਂਦੇ ਹੀ ਕਹਿੰਦੇ ਨਹੀਂ ਜੇ ਤੁਸੀਂ ਗਰੀਬ ਹੋ ਤਾਂ ਐਂਬੂਲੈਂਸ ਕਰਾ ਦਿੰਨੇ ਆ ਉੱਚ ਪਾ ਗਏ ਹੁਣ ਇਹਨੂੰ ਗਰਦਾਪ ਲਾਵੇ ਸਰ ਉਹ ਕੋਈ ਟਾਈਮ ਹੀ ਨਹੀਂ ਉਹ ਜਾਂਦੇ ਜਾਂਦੇ ਉਹਦੀ ਡੈਥ ਹੋ ਜਾਂਦੀ ਹੈ ਪਨੇਯਾਰ ਕੀ ਇੱਥੇ ਭਾਈ ਡਾਕਟਰ ਪੂਰੇ ਹੈ ਨਹੀਂ ਵਿਲਵਲ ਨਹੀਂ ਡਾਕਟਰ ਹੈ ਹਾਂਜੀ ਕਹਿਣਗੇ ਅੱਜ ਆਏ ਦਾ ਨਹੀਂ ਹੈਗਾ ਤੂੰ ਵੇਟ ਕਰੋ ਵੇਟ ਕਰਦੇ ਕਰਦੇ ਉਹਦੀ ਡੈਥ ਹੋ ਜਾਂਦੀ ਹੈ ਤੂੰ ਤੂੰ ਇੱਥੇ ਕਿਉਂ ਨਹੀਂ ਉਹਦਾ ਇਲਾਜ ਕਰਨ ਦੇ ਆਂਦੇ ਤੂੰ ਐਡਮਿਟ ਕਰ ਦਿੰਦੇ ਗਦਾਪੁਰ ਲੈ ਜਾਓ ਫਲਾਂ ਲੈ ਜਾਓ ਉਹ ਜਾਂਦੀ ਜਾਂਦੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੇ ਸਾਨੂੰ ਕੋਈ ਚੀਜ਼ ਦੀ ਲੋੜ ਪੈ ਜੇ ਤੇ ਉਹ ਬਾਹਰੋਂ ਮਿਲੇਗੀ ਜੀ ਗਦਾਪੁਰ ਚਲ ਜਾਓ ਸਾਨੂੰ ਮੌਕੇ ਤੇ ਕਦੀ ਚੀਜ਼ ਨਹੀਂ ਪਈ ਇੱਥੇ ਮਿਲੀ ਤੁਸੀਂ ਦੇਖ ਰਹੇ ਹੋ ਲਿਵੀ ਪੰਜਾਬ న్యూਸ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਮੇਰ ਸਰੰਗਲ ਸਾਡੀ ਟੀਮ ਅੱਜ ਪਹੁੰਚੀ ਹੈ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਦੇ ਵਿੱਚ ਜਿੱਥੇ ਤੁਹਾਨੂੰ ਅਸੀਂ ਦਿਖਾਵਾਂਗੇ ਕੀ ਇੱਥੋਂ ਦਾ ਹਾਲ ਹੈ ਕਿਸ ਤਰ੍ਹਾਂ ਦੀ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਅਸੀਂ ਜਦੋਂ ਵੀ ਕੋਈ ਮੁੱਦਾ ਉਠਾਣੇ ਆ ਤਾਂ ਅਸੀਂ ਉਹ ਮੁੱਦਾ ਉਠਾਣੇ ਆ ਜਿਹਦੇ ਵਿੱਚ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਨਹੀਂ ਮਿਲਦੀਆਂ ਜਾਂ ਲੋਕਾਂ ਦੇ ਜਿਹੜੇ ਕੋਈ ਕੰਮ ਨਹੀਂ ਹੁੰਦੇ ਉਹ ਅਸੀਂ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਵੱਲੋਂ ਇਸ ਕਰਕੇ ਅਸੀਂ ਅੱਜ ਪਹੁੰਚੇ ਹਾਂ ਸਿੰਘੋਵਾਲ ਦੇ ਹਸਪਤਾਲ ਹਸਪਤਾਲ ਦੇ ਵਿੱਚ ਸੀਐਚਸੀ ਹਸਪਤਾਲ ਸਿੰਘੋਵਾਲ ਜਿੱਥੇ ਕਿ ਆਪਾਂ ਦੇਖਾਂਗੇ ਕਿ ਲੋਕਾਂ ਨੂੰ ਕਿੰਨੀਆਂ ਸੇਵਾ ਹੁਸੂਲਤਾਂ ਮਿਲਦੀਆਂ ਪਈਆਂ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਵੱਡੇ 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 ਦਾਅਵੇ ਕੀਤੇ ਜਾ ਰਹੇ ਆ ਕਿ ਉਹ ਮੋਹੱਲਾ ਦੀ ਕਲੀਨਿਕ ਜਿਹੜੇ ਖੋਲੇ ਜਾ ਰਹੇ ਉਹਨਾਂ ਵੱਲੋਂ ਦੇਖਣਾ ਇਹ ਹੈ ਕਿ ਬੜੀ ਵੱਡੀ ਬਿਲਡਿੰਗ ਜਿਹੜੀ ਸਿੰਘੋਵਾਲ ਹਸਪਤਾਲ ਦੀ ਬਣੀ ਦੀ ਹੈ ਕੀ ਇਹਦੇ ਸਟਾਫ ਪੂਰਾ ਸਟਾਫ ਦੀ ਘਾਟ ਤਾਂ ਨਹੀਂ ਹੈਗੀ ਤਾਂ ਲੋਕਾਂ ਨੂੰ ਜਿਹੜੇ ਜਿਹੜੇ ਪੂਰੇ ਡਾਕਟਰ ਇੱਥੇ ਜਿਹੜੇ ਆ ਉਹ ਮਿਲਦੇ ਪਏ ਨਾ ਤੁਹਾਨੂੰ ਅਸੀਂ ਆਪਣੀਆਂ ਇਸ ਹਸਪਤਾਲ ਦੀ ਜੀ ਲਾਈਵ ਕਵਰੇਜ ਦਿ ਇਸ ਬਿਲਡਿੰਗ ਦੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਇਹ ਹੈ ਸੀਐਚਸੀ ਹਸਪਤਾਲ ਸਿੰਘੋਵਾਲ ਜਿੱਥੇ ਕਿ ਕਰੀਬ 200 ਪਿੰਡਾਂ ਨੂੰ ਇਹ ਜਿਹੜਾ ਹਸਪਤਾਲ ਲੱਗਦਾ ਇਸ ਹਸਪਤਾਲ ਦੇ ਵਿੱਚ ਕਿਹੜੀ ਕਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਤੇ ਕਿਹੜੀਆਂ ਕਿਹੜੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਆਪਾਂ ਅੱਜ ਇੱਥੋਂ ਦੇ ਲੋਕਾਂ ਕੋਲ ਜਾਣਾਂਗੇ ਕੀ ਇੱਥੇ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਕਿਦਾਂ ਦੀ ਮਿਲ ਰਹੀਆਂ ਕਿ ਇੱਥੇ ਡਾਕਟਰ ਜਿਹੜੇ ਪੂਰੇ ਅਵੇਲੇਵਲ ਨੇ ਸਟਾਫ ਪੂਰਾ ਇੱਥੇ ਹੈਗਾ ਲੋਕਾਂ ਨੂੰ ਕਿਤੇ ਬਾਹਰਤ ਨਹੀਂ ਜਾਣਾ ਪੈਂਦਾ ਆਓ ਤੁਹਾਨੂੰ ਅਸੀਂ ਦਿਖਾਉਂਦੇ ਆਂ ਲੋਕਾਂ ਕੋ ਕਿਦਾਂ ਦੀਆਂ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਭਾਜੀ ਇੱਥੇ ਬੜੀ ਵੱਡੀ ਬਿਲਡਿੰਗ ਦੇਖਿਆ ਬਣੀ ਦੀ ਹੈ ਕਿ ਇੱਥੇ ਡਾਕਟਰ ਪੂਰੇ ਤੁਹਾਨੂੰ ਮਿਲਦੇ ਜੇ ਤੁਸੀਂ ਲਾਇਕ ਕਰਾਉਣ ਆਦੇ ਹੋ ਤੁਹਾਨੂੰ ਠੀਕ ਹੀ ਮਿਲਦਾ ਲਾਜਾਤੇ ਨਹੀਂ 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 ਦੱਸੋ ਦੱਸੋ ਕੀ ਹੈ ਸਰ ਇੱਥੇ ਆਈ ਦਾ ਮੇਰੀ ਮਾਤਾ 85 ਸਾਲ ਦੀ ਹੈ ਇੱਕ ਦੂਰੀ ਮੈਂ ਲੈ ਕੇ ਆਇਆ ਉਹ ਅੰਨੀ ਸੀਰੀਅਸ ਹੈ ਤੇ ਇਹ ਇਹ ਨਹੀਂ ਨਹੀਂ ਇਹ ਆਂਦੇ ਹੀ ਕਹਿੰਦੇ ਨਹੀਂ ਜੇ ਤੁਸੀਂ ਗਰੀਬ ਉਹ ਤੇ ਐਂਬੂਲੈਂਸ ਕਰਾ ਦਿੰਦੇ ਆ ਉਹ ਚ ਪਾ ਕੇ ਹੁਣ ਇਹਨੂੰ ਗਰਦਾਪ ਲਾ ਦੇ ਸਰ ਉਹ ਕੋ ਟਾਈਮ ਹੀ ਨਹੀਂ ਉਹ ਜਾਂਦੇ ਜਾਂਦੇ ਉਹਦੀ ਡੈਥ ਹੋ ਜਾਂਦੀ ਹੈ ਪਨੇਾਲ ਹੈਂ ਤੁਸੀਂ ਤੁਹਾਡੀ ਡਿਊਟੀ ਇੱਥੇ ਲੱਗੀ ਹੈ ਤੁਸੀਂ ਉਹਦਾ ਇਲਾਜ ਕਰੋ ਕੀ ਇੱਥੇ ਭਾਈ ਡਾਕਟਰ ਪੂਰੇ ਹੈ ਨਹੀਂ ਅਵੇਲਵਲ ਨਹੀਂ ਡਾਕਟਰ ਹਾਂਜੀ ਕਹਿਣਗੇ ਅੱਜ ਆਏ ਤਾਂ ਨਹੀਂ ਹੈਗਾ ਤੁਸੀਂ ਵੇਟ ਕਰੋ ਵੇਟ ਕਰਦੇ ਕਰਦੇ ਉਹਨੂੰ ਉਹਦੀ ਡੈਥ ਹੋ ਜਾਂਦੀ ਹੈ ਤੁਸੀਂ ਇੱਥੇ ਕਿਉਂ ਨਹੀਂ ਉਹਦਾ ਇਲਾਜ ਕਰਨ ਦੇ ਆਂਦੇ ਤੂੰ ਐਡਵੈਂਟ ਕਰ ਦਿੰਦੇ ਗਰਦਾਸਪੁਰ ਲੈ ਜਾਓ ਫਲਾਂ ਲੈ ਜਾਓ ਉਹ ਜਾਂਦੀ ਜਾਂਦੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹ ਤੂੰ ਇਹਨੂੰ ਨਹੀਂ ਭਾਈ ਦੇਖਣ ਵਿੱਚ ਆਇਆ ਐਡੀ ਵੱਡੀ ਬਿਲਡਿੰਗ ਬਣੀ ਦੀ ਇੱਥੇ ਕੀ ਬਿਲਡਿੰਗ ਦੇ ਹੋਣ ਦੇ ਬਾਵਜੂਦ ਮਿਲ ਕੇ ਆਪਣੇ ਜਿਹੜੇ ਡਾਕਟਰ ਐਸੇ ਮਿਲ ਕੇ ਪੂਰੇ ਡਾਕਟਰ ਤੁਹਾਨੂੰ ਨਹੀਂ ਮਿਲਦੇ ਇੱਥੇ ਨਹੀਂ ਪੂਰੇ ਪੂਰੇ ਨਹੀਂ ਮਿਲਦੇ ਹੁਣ ਜੀ ਇਹ ਦਿਹਾੜੀਦਾਰ ਆ ਆਂਦੇ ਆ ਇਹਨਾਂ ਦਿਹਾੜੀ ਜਾਣਾ ਤੇ ਇਹ ਕੀ ਦਵਾਈ ਦੇ ਰਿਹਾ ਜੀ 9 ਵਜੇ ਬੈਠ ਰਿਹਾ ਦੇ ਜਿਹੜਾ ਕਿਹੜਾ 10 ਬਈ ਜਾ ਕੇ ਕਿਹੜਾ ਸਾਮੀ ਨੂੰ 500 ਰੁਪਏ ਤੇ ਪੰਜਾਬ ਸਰਕਾਰ ਵੱਲੋਂ ਤੇ ਮਿਲ ਕੇ ਬੜੇ ਬੜੇ ਦਾਅਵੇ ਕੀਤੇ ਜਾ ਰਹੇ ਕਿ ਮਹੱਲਾ ਕਲਿੰਗ ਜਿਹੜੀਆਂ ਪਿੰਡਾਂ ਪਿੰਡਾਂ ਚ ਖੋਲੇ ਜਾ ਰਹੀਆਂ ਤੇ ਇਹ ਮਹੱਲਾ ਕਲਿੰਗ ਹੋ ਰਹੀ ਜਾ ਰਹੀ ਤੇ ਡੀ ਵੱਡੀ ਬਿਲਡਿੰਗ ਜਿਹੜੀ ਇੱਥੇ ਡਾਕਟਰ ਕਿਉਂ ਨਹੀਂ ਪੁਰੇ ਤੁਸੀਂ ਕਿ ਸਰਕਾਰ ਕੋ ਮੰਗ ਕਰਦੇ ਹੋ ਆਹੀ ਸਰ ਪਗੰਤਵਾਨ ਨੂੰ ਇਹੀ ਸਾਰਨ ਕਹਿੰਦੇ ਆ ਵੀ ਇੱਥੇ ਟਾਈਮ ਸਿਰ ਡਿਊਟੀ ਕਿਉਂ ਨਹੀਂ ਡਾਕਟਰ ਆਪਣੀ ਡਿਊਟੀ ਤੇ ਬੈਠਦਾ ਹੁੰਦਾ ਹਾਂਜੀ ਕਿਉਂ ਨਹੀਂ ਬੈਠਦਾ ਲੈ ਸਟਾਫ ਦੀ ਇਥੇ ਘਾਟਾ ਡਾਕਟਰ ਪੂਰੇ ਨਹੀਂ ਹੈਗੇ ਪੂਰੇ ਟਾਈਮ ਸਿਰ ਨਹੀਂ ਪੂਰੇ ਐਮਬੀਬੀਐਸ ਡਾਕਟਰ ਆ ਉੱਥ ਬੱਤ ਤੋਂ ਬੱਤ ਤੇਨ ਦੇ ਬਲ ਦੇ ਦੋ ਹੀ ਬੈਂਦਾ ਨੇ ਤੇ ਤਿੰਨ ਦਿਨਾਂ ਕਿ ਗਰਦਾਪ ਡਿਊਟੀ ਆ ਡਾਕਟਰ ਤੇ ਪੂਰੀ ਚਾਹੀਦੀ ਐ ਨਾ ਘੱਟੋ ਘੱਟ ਕੋਈ ਮਿਲ ਜਾਏ ਨਹੀਂ ਬੱਚਿਆਂ ਡਾਕਟਰ ਜਾਂ ਤੇ ਕੋਈ ਜਾਣਾ ਰੋਗਾ ਦੇ ਮਾ ਡਾਕਟਰ ਹੈ ਜਿਹੜਾ ਹੈਗਾ ਤੁਹਾਨੂੰ ਕਿਹਾ ਕਿ ਉਹ ਦੋ ਦਿਨ ਬੈਂਦਾ ਜਾਂ ਤਿੰਨ ਦਿਨ ਬੈਂਦਾ ਬਾਕੀ ਗਰਦਾਪ ਡਿਊਟੀ ਲੱਗਦੀ ਐ ਪੁਸਤ ਕੋ ਜਾ ਕੇ ਡਾਕਟਰ ਬਹੁਤ ਵਾਰੀ ਤਸ਼ੀਖ ਤੋਂ ਮਾਰੀ ਜਿੱਥੇ ਨਹੀਂ ਇਲਾਜ ਹੁੰਦਾ ਫਿਰ ਤੁਹਾਨੂੰ ਰੈਫਰ ਕਰ ਦਿੰਦੇ ਆ ਕਿੱਥੇ ਭੇਜਦੇ ਤੁਹਾਨੂੰ ਉਹ ਗਰ ਕਹਿਣ ਕਿ ਗਰਦਾਪ ਭੇਜਣਗੇ ਉਹ ਕੇਸ ਵੀ ਹੋਏ ਹੈ ਜੀ ਉਹਨੂੰ ਜਾਂਦੇ 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 ਗਰਦਾਸਪੁਰ ਉਹ ਉਹਨਾਂ ਦੀ ਡੈਥ ਹੁੰਦੀ ਜੇ ਸਾਨੂੰ ਕੋਈ ਚੀਜ਼ ਦੀ ਲੋ ਤੋ 12ਵਾਂ ਮਿਲੇਗੀ ਜੀ ਗਦਾਪੁਰ ਚਲ ਜਾਓ ਸਾਨੂੰ ਮੌਕੇ ਤੇ ਕਦੀ ਚੀਜ਼ ਨਹੀਂ ਪਾਈ ਇੱਥੇ ਮਿਲੀ ਜੇ ਆਈ ਇਸ ਕਨ ਬਹੁਤ ਪਰੇਸ਼ਾਨਾ ਗਿਆ ਬੰਦਿਆ ਕੋ ਇਹ ਆਪਣੀ ਡਿਊਟੀ ਨਹੀਂ ਸਹੀ ਤਰ੍ਹਾਂ ਪਕਤਾਂਦੇ ਆਗੇ ਤੇ ਡਾਕਟਰ ਇੱਥੇ ਭਾਈ ਘੱਟਣਾ ਕੀ ਗੱਲ ਹਾਂਜੀ ਡਾਕਟਰ ਵੀ ਮਾਰੇ ਉਹ ਹੀ ਦੋ ਚਾਰ ਹੀ ਇਹ ਮੇਨ ਮੇਨ ਜਿਹੜੇ ਆ ਗਏ ਆ ਜੀ ਇੱਕ ਉਧਰ ਵੱਡੇ ਡਾਕਟਰ ਬੰਦੇ ਆ ਕੀ ਮੰਗ ਕੀ ਕਰਦੇ ਹੋ ਦੀ ਸਰਕਾਰ ਕੋਲ ਮੰਗੇ ਮਾਰੇ ਇਹੀ ਕਰਨੇ ਜਾਂ ਡਾਕਟਰ ਭੇਜਣਾ ਤੇ ਵਧੀਆ ਤੇ ਜਾਣ ਦੀ ਡਿਊਟੀ ਵਧੀਆ ਕਰਕੇ ਲਵਾਣ ਜੀ ਇਹ ਮਾਰੇ ਡਿਊਟੀ ਨਹੀਂ ਸਹੀ ਦਿੰਦੇ ਇੱਥੇ ਹੋਰ ਵੀ ਇੱਥੇ ਭਾਈ ਪਹੁੰਚਣ ਨਾਲ ਗੱਲਬਾਤ ਕਰਦੇ ਆ ਭਾਈ ਕੀ ਕਿਹੜੇ ਪਿੰਡ ਤੋਂ ਤੁਹਾਡਾ ਸਾਡਾ ਪਿੰਡ ਪਾਈਆ ਅਮਰ ਕਲੋਨੀ ਐ ਡਾਕਟਰ ਬਹੁਤ ਘਟਾ ਕਦੀ ਬੀਪੀ ਵੱਜ ਜਾਂਦਾ ਸਾਡਾ ਕਦੀ ਘਟ ਜਾਂਦਾ ਜਦੋਂ ਆਈਦਾ ਉਹ ਸਾਨੂੰ ਇੱਕੋ ਗੱਲ ਕਹਿੰਦੇ ਤੁਸੀਂ ਜਿਹੜੀ ਗੋਲੀ ਖਾਣੇ ਆ ਉਹ ਗੋਲੀ ਖਾਓ ਡਾਕਟਰ ਰੈਫਰ ਕਰ ਦਿੰਦੇ ਬਾਹਰ ਕੋਈ ਪੇਸ਼ੈਂਟ ਆਂਦਾ ਉਹਨਾਂ ਨੂੰ ਡਟ ਡਾਕਟਰ ਡਟਪੜ ਜਵਾਨਾ ਡਾਕਟਰ ਉਸੇ ਵਿਲੇ ਜਵਾਬ ਦੇ ਦਿੰਦੇ ਆ ਜੀ ਕੀ ਕਹਿੰਦੇ ਨੇ ਕੀ ਆਪਣਾ ਇਲਾਜ ਤੁਸੀਂ ਰੈਫਰ ਜਾ ਜਾਓ ਗੁਰਦਾਸਪੁਰ ਜਾ ਜਾਓ ਅੰਬਰਸਰ ਮਾਤਾ ਹੀ ਪਹੁੰਚਣਾ ਸਿੰਗਲ ਹਸਲ ਦਵਾਈ ਲੈਣ ਵਾਸਤੇ ਮਾਤਾ ਹੀ ਕੀ ਦਵਾਈ ਮਿਲਦੀ ਏ ਤਾਂ ਪੂਰੀ ਉਹ ਨਹੀਂ ਮੈਨੂੰ ਤੇ ਡਾਕਟਰ ਡੋਟ ਮਿਲ ਹੈਗੇ ਇੱਥੇ ਪੂਰੇ ਸਾਰੇ ਡਾਕਟਰ ਕਦੀ ਆਂਦੇ ਕਦੀ ਨਹੀਂ ਆਂਦੇ ਅੱਛਾ ਡਾਕਟਰ ਹੈਗੇ ਘੱਟ ਨੇ ਡਾਕਟਰ ਜਿਹੜੇ ਅਸੀਂ ਮੈਂ ਜਿੰਨੂੰ ਦਿਖਾਨੀ ਆ ਉਹ ਤੇ ਤਕਰੀਬਨ ਮਿਲ ਹੀ ਜਾਂਦਾ ਅੱਛਾ ਉਹ ਤਕਰੀ ਨਹੀਂ ਮਿਲਦਾ ਅੱਛਾ ਇਹ ਡਾਕਟਰ ਮਿਲ ਜਾਂਦੇ ਆ ਹਾਂ ਤੇ ਕੀ ਲੱਗਦਾ ਮੈਡਮ ਇਹ ਤਾਂ ਪੂਰਾ ਮਲਕੇ ਇੱਥੇ ਲਾਜ ਤੁਹਾਡਾ ਪੂਰਾ ਸਹੀ ਤਰੀਕਾ ਹੁੰਦਾ ਪਿਆ ਜਾਂ ਡਾਕਟਰ ਘਾਟ ਆ ਨਹੀਂ ਹੈ ਲਾਜ ਤਾਂ ਸਹੀ ਹੈ ਗਾਟ ਸਹੀ ਹੀ ਹੈ ਹਾਂ ਠੀਕ ਅੱਛਾ ਕਹਿੰਦੇ ਇੱਥੇ ਡਾਕਟਰ ਕੋਈ ਲੱਭਦਾ ਨਹੀਂ ਕਹਿੰਦੇ ਜਿਹੜਾ ਕਹਿੰਦੇ 3-10 ਪਰ ਚੱਲਦੇ ਕਹਿੰਦੇ ਮੈਨੂੰ ਪੀਲੀਆ ਹੋ ਜਾਂਦਾ ਸੀ ਤੇ ਇਹਨਾਂ ਨੇ ਜਵਾਬ ਦੇਤਾ ਮੈਨੂੰ ਕਦੇ ਗੁਰਦਾਸਪੁਰ ਚਲਜੋ ਕਹਿੰਦੇ ਹੂੰ ਤੇ ਤੁਸੀਂ ਅੱਜ ਫੇਰ ਅਸੇ ਜਵਾਬ ਦੇਣ ਦੇ ਬਾਅਦ ਇੱਥੇ ਤੱਕ ਪਹੁੰਚੇ ਹੋ ਪਹੁੰਚੇ ਆਪਾਂ ਦੇ ਮੈਂ ਦੇਖਣੇ ਕੋ ਡਾਕਟਰ ਡੁਕਟਰ ਡਾਕਟਰ ਕੋਈ ਲਬਾਣੀ ਅੱਛਾ ਨਹੀਂ ਡੋਨਾ ਕਟਾ ਸਟਾਪ ਕਟਾ ਇੱਥੇ ਹਾਂਜੀ ਤੇ ਕੀ ਤੁਸੀਂ ਮੰਗੀ ਕਰਦੇ ਹੋ ਸਰਕਾਰ ਕੋ ਕਿਥੇ ਡਾਕਟਰ ਪੂਰੇ ਹੋਣ ਹੂੰ ਆਪਣੇ ਟਾਈਮ ਸਾਰਨ ਤੇ ਤੁਹਾਨੂੰ ਹੁਣ ਜਵਾਬ ਦੇਤਾ ਤਾਂ ਤੁਸੀਂ ਅੰਮ੍ਰਿਤਸਰ ਚਲਜੋ ਹਾਂਜੀ ਕਿੱਥੇ ਭੇਜਿਆ ਤੁਹਾਨੂੰ ਗੁਰਦਾਸਪੁਰ ਵਿੱਚ ਗੁਰਦਾਸਪੁਰ ਹਾਂਜੀ ਠੀਕ ਹੈ ਅਸੀਂ ਪਹੁੰਚੇ ਹਾਂ ਸਿੰਗੋਲ ਹਸਪੀਟਲ ਦੇ ਜਿਹੜੇ ਐਸ ਐਮਓ ਮੈਡਮ ਉਸ ਮਜੀਨਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੈਮ ਦੇਖਣ ਜਾਂਦਾ ਹੈ ਕਿ ਜਿਹੜਾ ਤੁਹਾਡਾ ਸਟਾਫ ਇਥੇ ਅਵੇਲੇਬਲ ਹੈਗਾ ਉਹ ਬਹੁਤ ਵਧੀਆ ਆਪਣੀ ਸੇਵਾਵਾਂ ਨਿਭਾ ਰਿਹਾ ਪਰ ਜੇਕਰ ਗੱਲ ਕਰੀਏ ਆਪਾਂ ਸਟਾਫ ਦੇ ਘਾਟ ਦੀ ਦੇਖਣ ਜਾਂਦਾ ਕਿ ਕੁਝ ਡਾਕਟਰ ਸੇ ਜਿਹੜੇ ਨਹੀਂ ਹੈਗੇ ਜਿਹੜੇ ਪੇਸ਼ੈਂਟ ਇਹ ਕੰਮ ਸਕੇ ਕਮ ਹੈ ਜਿਹੜਾ ਹਸਪੀਟਲ ਹੈ 200 ਪਿੰਡਾਂ ਨਾਲ ਜੁੜਦਾ ਜੀ ਕਾਫੀ ਲੋਕ ਇੱਥੇ ਆਂਦੇ ਆ ਕਾਫੀ ਗਰੀਬ ਏਰੀਆ ਬਾਰਡਰ ਏਰੀਆ ਪੰਦਾ ਜਿੱਦਾਂ ਕਿ ਲੋਕੀ ਗਰੀਬ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਨਹੀਂ ਕਰਵਾ ਸਕਦੇ ਲੇਕਿਨ ਜੇ ਗੱਲ ਕਰੀ ਆਪਾਂ ਮਰੀਜ਼ ਮਰੀਜ਼ ਜਦੋਂ ਇੱਥੇ ਆਂਦਾ ਤਾਂ ਜੇ ਡਾਕਟਰ ਸੇ ਅਵੇਲੇਬਲ ਨਾ ਹੋਵੇ ਤਾਂ ਉਹਨੂੰ ਰੈਫਰ ਕਰਤਾ ਜਾਂਦਾ ਜਾਂ ਤਾਂ ਗੁਰਦਾਸ ਹੋ ਜਾਂ ਜਾਂ ਅੰਬਰਸਰ ਕਿਹੜੇ ਕਿਹੜੇ ਡਾਕਟਰਾਂ ਦੀ ਇੱਥੇ ਕਾਰਟ ਹੈ ਜੀ ਇੱਥੇ ਦੇਖੋ ਜੀ ਹਜੇ ਤਾਂ ਸੀਐਸਸੀ ਹੈ ਐਸਟੀਐਚ ਪ੍ਰਮੋਟ ਹੋ ਪਰ ਸੀਐਸਸੀ ਲੈਵਲ ਦੇ ਹਿਸਾਬ ਨਾਲ ਵੀ ਡਾਕਟਰਸ ਦੀ ਸ਼ਾਰਟੇਜ ਹੈ ਸਾਡੇ ਕੋ ਪਹਿਲਾਂ ਤੇ ਈਐਮਓਜ਼ ਹੀ ਘਟਾ ਹੈ ਜੋ ਕਿ ਐਮਬੀਬੀਐਸ ਡਾਕਟਰਸ ਹੁੰਦੇ ਆ ਜ਼ਿਆਦਾਤਰ ਤੇ ਉਹਨਾਂ ਦੀ ਸ਼ਾਰਟੇਜ ਮਤਲਬ ਸਾਨੂੰ আরো ਮੰਗਾਇਆ ਹੋਇਆ ਡਾਕਟਰਸ ਇਟ ओन ਡੈਪੂਟੇਸ਼ਨ ਉਹ ਵੀ ਸਿਵਲ ਸਰਜਨ ਸਰ ਨੇ ਸਾਨੂੰ ਦਿੱਤੇ ਹੋਏ ਆ ਔਰ ਦੂਸਰੀ ਗੱਲ ਹੈ ਕਿ ਸਪੈਸ਼ਲਿਸਟ ਡਾਕਟਰ ਕਾ ਅਟੈਚ ਹੋਵੇ ਕਿ ਸਾਡੇ ਕੋਲ ਪੀਡੀਆਟ੍ਰੀਸ਼ੀਅਨ ਨਹੀਂ ਹੈ ਮੈਂ ਖੁਦ ਗਾਇਨਕੋਲੋਜੀਸਟਾਂ ਚਲੋ ਮੈਂ ਤੇ ਆਪਣਾ ਜਿੰਨਾ ਦਾ ਕੰਮ ਹੈ ਇੱਥੇ ਹੋ ਸਕਦਾ ਕਰੀ ਜਾ ਰਹੀ ਆ ਮੈਨੂੰ ਵੀ ਸੇਜ਼ੇਰੀਅਨ ਕਰਨ ਲਈ ਗੁਰਦਾਸਪੁਰ ਜਾਣਾ ਪੈਂਦਾ ਕਿਉਂਕਿ ਹਜੇ ਇੱਥੇ ਸੇਜ਼ੇਰੀਅਨ ਓਟੀ ਵਰਕਿੰਗ ਨਹੀਂ ਹੈ ਸਾਡਾ ਫਿਰ ਪੀਡੀਆਟ੍ਰੀਸ਼ੀਅਨ ਨਹੀਂ ਹੈਗੇ ਹੱਡੀਆਂ ਵੱਲੇ ਲੜਾਈਆਂ ਝਗੜਿਆਂ ਵੱਲੇ ਐਮ ਐਲ ਸੀ ਬਹੁਤ ਆਂਦੇ ਆ ਜਾਂ ਹੋਰ ਹੱਡੀਆਂ ਦੇ ਐਕਸੀਡੈਂਟ ਵੱਲੇ ਕੇਸ ਬਹੁਤ ਆਂਦੀ ਆ ਸੜਕਾ ਖਰਾਬ ਹੋਣ ਕਾਰਨ ਜਿੰਨਾ ਕਰਕੇ ਸਾਨੂੰ ਪੇਸ਼ੈਂਟ ਆਰਥੋ ਵੱਲੇ ਪੇਸ਼ੈਂਟ ਵੀ ਗੁਰ ਹੋਰ ਅ ਮਤਲਬ ਐਨਸਥੀਸੀਆ ਵਾਲੇ ਡਾਕਟਰ ਵੀ ਨਹੀਂ ਹੈਗੇ ਹੈ ਹਲੇ ਕਿ ਅਸੀਂ ਐਮ ਪੈਨਲ ਕੀਤੇ ਕੀਤੇ ਹੋਇਆ ਹੈ ਜਦੋਂ ਸਾਡਾ ਓਟੀ ਵਰਕਿੰਗ ਹੋ ਜਾਏਗਾ ਉਹ ਤਾਂ ਚਲੋ ਸਾਡਾ ਚਲ ਜਾਏਗਾ ਕੰਮ ਬਾਕੀ ਅਸੀਂ ਤਾਂ ਕਹਾਂਗੇ ਕਿ ਸਾਨੂੰ ਡਾਕਟਰਸ ਵਾਤਵਾ ਦਿੱਤੇ ਜਾਣ ਕਿ ਜੋ ਕਿ ਅਸੀਂ ਚੰਗੇ ਢੰਗ ਨਾਲ ਟੰਗ ਨਾਲ ਕੰਮ ਕਰ ਸਕੀਏ ਇੱਥੋਂ ਦਾ ਔਰ ਸਟਾਫ ਅਦਰਵਾਈਜ਼ ਵੀ ਸਟਾਫ ਸਾਡੇ ਕੋ ਘਟਾ ਜਿਵੇਂ ਕਿ ਸਵੀਪਰਸ ਕੰਟਰੈਕਟ ਬੇਸ ਤੇ ਰੱਖੇ ਹੋਏ ਆ ਜਿਨ੍ਹਾਂ ਚ ਉਹ ਮਤਲਬ ਉਹ ਵੀ ਪਾਰਟ ਟਾਈਮ ਆਂਦੇ ਆ ਸਾਡੇ ਕੋ ਫਿਰ ਜੇ ਸਾਡੇ ਕੋ ਕਲਾਸ 4 ਨਹੀਂ ਆ ਇਸ ਟਾਈਮ ਪ੍ਰੈਜੈਂਟਲੀ ਚਾਰ ਕਲਾਸ 4 ਹੈ ਇੱਕ ਅਨਡ ਲੀਵ ਤੇ ਗਏ ਹੋਇਆ ਮਤਲਬ ਤਿੰਨ ਵਰਕਿੰਗ ਕਲਾਸ 4 ਰ ਹੈ ਸਾਡੇ ਕੋ ਇਸ ਟਾਈਮ ਫਾਰਮਾਸਿਸਟ ਪੂਰੇ ਨਹੀਂ ਹੈ ਕਲੈਰੀਕਲ ਸਟਾਫ ਨਹੀਂ ਹੈ ਕਲੈਰੀਕਲ ਸਟਾਫ ਹੀ ਅਸੀਂ ਬਾਹਰੋਂ ਮੰਗਾਏ ਹੋਏ ਆ ਫੋਰ 3 ਡੇਸ ਔਨ ਡੈਪੂਟੇਸ਼ਨ ਮੈਂ ਤਾਂ ਇਹ ਹੀ ਕਹੂੰਗੀ ਕਿ ਸਟਾਫ ਐਟ ਲੀਸਟ ਪੂਰਾ ਕੀਤਾ ਜਾਏ ਕਿ ਅਸੀਂ ਚੰਗਾ ਕੰਮ ਕਰ ਪਾਈਏ ਮੈਡਮ ਦੇਖਣ ਜਾਂਦਾ ਕਿ ਬਿਲਡਿੰਗ ਬਹੁਤ ਵੱਡੀ ਹੈ 50 ਸਰਕਾਰ ਵੱਲੋਂ ਵੀ ਤੁਹਾਨੂੰ ਪਤਾ ਵੀ ਉਪਰਾਲੇ ਕੀਤੇ ਜਾ ਰਹੇ ਆ ਵੀ ਮਿਲਕੇ ਮਹੱਲਾ ਕਲਿਨ ਖੋਲੇ ਜਾ ਰਹੇ ਆ ਮਹੱਲਾ ਕਲਿਨ ਖੋਲੇ ਜਾ ਰਹੇ ਆ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਲੇਕਿਨ ਜੇਕਰ ਗੱਲ ਕਰੀ ਆਪਾਂ ਐਸੇ ਬਿਲਡਿੰਗ ਦੀ ਬਿਲਡਿੰਗ ਦੇ ਆਧਾਰ ਤੇ ਜਦੋਂ ਪੀਸ਼ੈਂਟ ਕੋਈ ਐਡੀ ਦੂਰ ਵਿਚਾਰਾ ਚੱਲ ਕੇ ਆਂਦਾ 200 150 ਕਿਲੋਮੀਟਰ ਤੋਂ ਚੱਲ ਕੇ ਆਂਦਾ ਇੱਥੇ ਅਗਰ ਉਹਨਾਂ ਨੂੰ ਡਾਕਟਰ ਨਾ ਅਵੇਲੇਬਲ ਮਿਲੇ ਜੇ ਤੁਹਾਡੇ ਕੋਲ ਬੱਚਿਆਂ ਦਾ ਡਾਕਟਰ ਨਹੀਂ ਹੈਗਾ ਅਗੇ ਰੈਫਰ ਕਰਦੇ ਹੋ ਉਹਨੂੰ ਗੁਰਦਾਸਪੁਰ ਜਾਂ ਅੰਮ੍ਰਿਤਸਰ ਜਾਣ ਵਾਸਤੇ ਤਾਂ ਟਾਈਮ ਵੇਸਟ ਹੁੰਦਾ ਹੈ ਜਾਂ ਕਿਸੇ ਦੀ ਜਾਨ ਵੀ ਚਲ ਜਾਂਦੀ ਹੈ ਉਹਦੇ ਕਰਕੇ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਸਰਕਾਰ ਤੋਂ ਤੁਸੀਂ ਕੀ ਆਪਣੀ ਡਿਮਾਂਡ ਕਰ ਰਹੇ ਆ ਥੋੜੇ ਦਿਨ ਪਹਿਲਾਂ ਹੀ ਸਾਡੇ ਵੱਲੋਂ ਡਿਮਾਂਡ ਵੀ ਗਈ ਹੋਈ ਹੈ ਕਿ ਸਾਨੂੰ ਡਾਕਟਰਸ ਦਿੱਤੇ ਜਾਣ ਬਾਕੀ ਸਟਾਫ ਦਿੱਤਾ ਜਾਏ ਕੁਝ ਮਸ਼ੀਨਰੀ ਦਿੱਤੀ ਜਾਏ ਕੁਝ ਇੰਪੋਰਟੈਂਟ ਦਵਾਈਆਂ ਦਿੱਤੀਆਂ ਜਾਣ ਔਰ ਮੈਨੂੰ ਉਮੀਦ ਹੈ ਕਿ ਸਰਕਾਰ ਜਲਦ ਤੋਂ ਜਲਦ ਸਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨਗੇ ਔਰ ਹੋਪਫੁਲੀ ਇਨ ਕਮਿੰਗ ਡੇਸ ਵਧੀਆ ਹੋ ਜਾਏਗੀ ਸਿਚੁਏਸ਼ਨ ਸਾਡੀ ਇਹਨਾਂ ਸਾਡੇ ਨਾਲ ਐਸਐਮਓ ਮੈਡਮ ਕੁਸਮ ਜੀ ਨੇ ਦੱਸਿਆ ਕਿ ਸਾਡੇ ਇੱਥੇ ਨੋ ਡਾਊਟ ਇੱਥੇ ਬਿਲਕੁਲ ਸਟਾਫ ਦੀ ਘਾਟ ਹੈ ਉਹਨਾਂ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਕੋ ਡਿਮਾਂਡ ਕਰਦੇ ਹਾਂ ਬੇਨਤੀ ਕਰਦੇ ਹਾਂ ਰਿਕਵੈਸਟ ਕਰਦੇ ਹਾਂ ਕਿ ਸਾਡੇ ਜਿਹੜਾ ਸਟਾਫ ਹੈ ਤੇ ਪੂਰਾ ਕੀਤਾ ਜਾਵੇ ਕਿਉਂਕਿ ਇੱਥੇ ਡਾਕਟਰਾਂ ਦੀ ਪੂਰੀ ਹਾਜ਼ਰੀ ਨਾ ਹੋਣ ਕਰਕੇ ਡਾਕਟਰ ਪੂਰੇ ਇੱਥੇ ਅਵੇਲੇਬਲ ਨਾ ਹੋਣ ਕਰਕੇ ਕਈਆਂ ਮਰੀਜ਼ਾਂ ਨੂੰ ਜਾਂ ਜਿਹੜੇ ਲੋਕ ਰਾਤ ਨੂੰ ਇੱਥੇ ਪੇਸ਼ਣ ਆਉਂਦੇ ਆ ਉਹਨਾਂ ਨੂੰ ਮਿਲ ਕੇ ਕਾਫੀ ਇੱਥੇ ਜਿਹੜੀਆਂ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਕਰਕੇ ਸਾਨੂੰ ਗੁਰਦਾਸਪੁਰ ਜਾਂ ਉਹਨਾਂ ਨੂੰ ਅੰਮ੍ਰਿਤਸਰ ਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਕੋਲ ਅਪੀਲ ਕਰਾਂਗੇ ਕਿ ਜਿਹੜੇ ਇਹੋ ਜਿਹੇ ਹਸਪਤਾਲ ਹੈਗੇ ਨਾ ਜਿੱਥੇ ਤੁਸੀਂ ਮੋਹੱਲਾ ਕਲੀਨਿਕ ਬਣਾਉਣ ਦੀ ਜਿਹੜੀ ਉਹ ਸੋਚ ਰਹੇ ਹੋ ਉੱਥੇ ਇਹੋ ਜਿਹੇ ਹਸਪਤਾਲਾਂ ਵਿੱਚ ਵੀ ਸਟਾਫ ਦੀ ਜਿਹੜੀ ਘਾਟ ਆ ਪੂਰੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਮਿਲ ਸਕਣ ਕੈਮਰਾਮੈਨ ਬਿੱਟੂ ਦਾ ਨਾਲ ਡਾਕਟਰ ਮੇਸਰਾਂਗਲੀ ਪੰਜਾਬ న్యూਸ ਦਿਨਾ ਨਗਰ